ਜਨਰਲ ਸੁਬੀਖ ਸਿੰਘ ਨੇ ਉੱਚੀ ਚੇੇ ਤੌਰ ਤੇ ਧਿਆਨ ਖਿੱਚਦਿਆਂ ਹੋਇਆਂ ਬੜੇ ਜ਼ੋਰਦਾਰ ਸ਼ਬਦਾਂ ਦੇ ਵਿੱਚ ਸੰਬੋਧਨ ਹੁੰਦਿਆਂ ਕਿਹਾ ਇੱਕ ਗੱਲ ਧਿਆਨ ਨਾਲ ਸੁਣੋ ਆਪਣੇ ਕਿਸੇ ਵੀ ਜਵਾਨ ਨੂੰ ਬਿਨਾਂ ਮਕਸਦ ਕੰਪਲੈਕਸ ਵਿੱਚ ਇੱਧਰ ਉੱਧਰ ਨਹੀਂ ਫਿਰਨ ਦੇਣਾ ਸਭ ਆਪੋ ਆਪਣੇ ਮੋਰਚਿਆਂ ਵਿੱਚ ਤਿਆਰ ਬਰ ਤਿਆਰ ਰੱਖਣਾ ਟੈਂਕੀ ਵਾਲੇ ਮੋਰਚੇ ਉੱਪਰ ਜਿਹੜਾ ਗੁਰਦੇ ਤੇ ਜਿਗਰੇ ਵਾਲੇ ਜਵਾਨ ਬਿਠਾਉਣੇ ਇਹਨਾਂ ਨੂੰ ਧਾ ਨਹੀਂ ਲਾਈ ਜਾ ਸਕਦੀ ਇਸ ਲਈ ਇਸ ਮੌਕੇ ਪਰ ਵੱਧ ਤੋਂ ਵੱਧ ਫਾਇਦਾ ਉਠਾਉਣਾ ਮੈਨੂੰ ਆਪਣੇ ਫੌਜੀ ਤਜਰਬੇ ਪੱਖੋਂ ਇਸ ਤਰ੍ਹਾਂ ਜਾਪਦਾ ਹੈ ਕਿ ਭਾਰਤ ਸਰਕਾਰ ਦਾ ਹੁਣ ਸਾਡੇ ਨਾਲ ਛੇਤੀ ਦੋ ਹੱਥ ਕਰਨ ਦੀ ਥਾਣੀ ਬੈਠ